ਸਿਹਤ ਨਾਲ ਸੰਬੰਧਿਤ ਧਾਰਿਆਂ ਵਿੱਚ ਕੈਨੇਡਾ ਨੂੰ ਹੋਰ ਪ੍ਰਵਾਸੀਆਂ ਦੀ ਕਿਉਂ ਲੋੜ ਹੈ ਇਸ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਅੱਗੇ ਅੰਕੜੇ ਵੀ ਸਾਂਝੇ ਕੀਤੇ ਗਏ ਨੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਦੇ ਲਈ ਕੈਨੇਡੀਅਨ ਨਰਸਸ ਐਸੋਸੀਏਸ਼ਨ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਬਾਰੇ ਦੱਸਿਆ ਜਿਨ੍ਹਾਂ ਕਿਹਾ ਕਿ 16 ਲੱਖ ਤੋਂ ਵੱਧ ਲੋਕ ਕੈਨੇਡਾ ਦੇ ਸਿਹਤ ਸੈਕਟਰ ਵਿੱਚ ਕੰਮ ਕਰਦੇ ਨੇ ਤੇ ਆਉਂਦੇ ਸਾਲਾਂ ਵਿੱਚ ਹੋਰ ਜ਼ਿਆਦਾ ਕਾਮਿਆਂ ਦੀ ਇਸ ਸੈਕਟਰ ਦੇ ਵਿੱਚ ਲੋੜ ਪੈਣੀ ਹੈ ਤਾਂ ਕਿ ਉੱਚ ਪੱਧਰ ਦੀ ਸਿਹਤ ਸੰਬੰਧੀ ਸਹੂਲਤ ਦਿੱਤੀ ਜਾ ਸਕੇ ਇਸ ਤਰ੍ਹਾਂ ਦੁਕਾਰੀ ਦਿੱਤੀ ਗਈ ਹੈ ਕਿ ਸਿਹਤ ਸੈਕਟਰ ਵਿੱਚ 5 ਲੱਖ ਦੇ ਕਰੀਬ ਕਾਮਿਆਂ ਦੀ ਉਮਰ 55 ਸਾਲ ਤੋਂ ਉੱਪਰ ਹੈ ਯਾਨੀ ਕਿ ਆਉਂਦੇ 10 ਸਾਲ ਤੱਕ ਉਹਨਾਂ ਵਿੱਚੋਂ ਜ਼ਿਆਦਾਤਰ ਸੇਵਾ ਮੁਕਤ ਹੋ ਜਾਣਗੇ ਇਸੇ ਨਾਲ ਹੀ ਇਸ ਸਮੇਂ ਕੈਨੇਡਾ ਪਰ ਵਿੱਚ ਨੌਕਰੀਆਂ ਸਿਹਤ ਨਾਲ ਸੰਬੰਧਿਤ ਅਦਾਰਿਆਂ ਵਿੱਚ ਮੌਜੂਦ ਨੇ ਪਰ ਅਸਾਮੀਆਂ ਨੂੰ ਭਰਨਾ ਵੀ ਚੁਣੌਤੀ ਬਣਿਆ ਰਹਿੰਦਾ ਕੈਨੇਡਾ ਪਰ ਵਿੱਚ ਨਰਸਾਂ ਰੈਜ਼ੀਡੈਂਸ਼ੀਅਲ ਕੇਅਰਿੰਗ ਸਟਾਫ ਤੇ ਹੋਮ ਕੇਅਰ ਸਟਾਫ ਦੀ ਕਾਫੀ ਲੋੜ ਹੈ ਤੇ ਅਜਿਹੇ ਵਿੱਚ ਪ੍ਰਵਾਸੀਆਂ ਵੱਲੋਂ ਵਧੀਆ ਰੋਲ ਅਦਾ ਕੀਤਾ ਜਾ ਸਕਦਾ ਹੈ ਤਾਂ ਕਿ ਸਥਾਈ ਬਣਾਇਆ ਜਾ ਸਕੇ ਕਿ ਜਿੰਨੀ ਲੋੜ ਹੈ ਉਸ ਗਿਣਤੀ ਤੱਕ ਕਾਮੀ ਸਿਹਤ ਅਦਾਰਿਆਂ ਵਿੱਚ ਕੰਮ ਕਰ ਰਹੇ ਨੇ ਜਿਸ ਲਈ ਕੈਨੇਡੀਅਨ ਨਰਸਸ ਐਸੋਸੀਏਸ਼ਨ ਦੇ ਵੱਲੋਂ ਕਿਹਾ ਗਿਆ ਕਿ ਸਿਹਤ ਸੰਬੰਧੀ ਅਦਾਰਿਆਂ ਵਿੱਚ ਕੰਮ ਕਰਦੇ ਪ੍ਰਵਾਸੀਆਂ ਦੀ ਉਹ ਕਦਰ ਕਰਦੇ ਨੇ ਤੇ ਉਹਨਾਂ ਦਾ ਕੈਨੇਡਾ ਵਿੱਚ ਸਵਾਗਤ ਕਰਦੇ ਨੇ ਅੰਕੜਿਆਂ ਦੇ ਲਈ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਹੈਲਥ케ਅਰ ਸੈਕਟਰ ਵਿੱਚ ਹਰ 4 ਕਾਮਿਆਂ ਤੋਂ ਬਾਅਦ ਇੱਕ ਪ੍ਰਵਾਸੀ ਕੰਮ ਹੈ ਪਰਵਾਸੀਆਂ ਦਾ ਫਾਰਮਾਸਿਸਟ ਜਾਂ ਫੈਮਿਲੀ ਡਾਕਟਰ ਸੇਵਾਜੋ 36% ਤੱਕ ਹਿੱਸਾ ਹੈ। ਕੈਨੇਡਾ ਵਿੱਚ ਜੋ ਡੈਂਟਿਸਟ ਨੇ ਉਹਨਾਂ ਵਿੱਚ 39% ਡੈਂਟਿਸਟ ਪ੍ਰਵਾਸੀ ਨੇ। 27% ਲਾਇਸੈਂਸਡ ਨਰਸਾਂ ਪ੍ਰਵਾਸੀ ਨੇ ਤੇ 35% ਪ੍ਰਵਾਸੀ ਕਾਮੇ ਨਰਸਟੇਡ ਤੇ ਇਸ ਦੇ ਨਾਲ ਸੰਬੰਧਿਤ ਹੋਰ ਖੇਤਿਆਂ ਦੇ ਵਿੱਚ ਨੇ। ਇਸ ਤਰ੍ਹਾਂ ਨੇ ਵੀ ਦੱਸਿਆ ਗਿਆ ਹੈ ਕਿ ਸਾਲ 2011 ਤੋਂ ਸਾਲ 2016 ਦਰਮਿਆਨ ਜੋ ਨਵੇਂ ਪ੍ਰਵਾਸੀ ਆਏ ਉਹਨਾਂ ਵਿੱਚੋਂ 40% ਹੈਲਥ케ਅਰ ਸੈਕਟਰ ਵਿੱਚ ਅਹਿਮ ਅਹੁਦਿਆਂ ਤੇ ਮੌਜੂਦ ਨੇ ਇਹ ਅੰਕੜੇ ਸਟੈਟਿਸ ਕੈਨੇਡਾ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਦੇ ਉੱਤੇ ਨੇ ਇੱਥੇ ਜ਼ਿਕਰ ਹੋ ਗਿਆ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਖੋ-ਵੱਖਰੇ ਖੇਤਿਆਂ ਬਾਰੇ ਇਸ ਤਰ੍ਹਾਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਕੈਨੇਡਾ ਨੂੰ ਇਹਨਾਂ ਵਿੱਚ ਪਰਵਾਸੀ ਕਾਮਿਆਂ ਦੀ ਕਿਉਂ ਲੋੜ ਹੈ ਤੇ ਨਾਲ ਹੀ ਇਮੀਗ੍ਰੇਸ਼ਨ ਮੈਟਰਸ ਤੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਕੈਨੇਡੀਅਨ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਇੱਥੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਵੱਖ-ਵੱਖਰੇ ਅਨੁਭਵ ਸਾਂਝੇ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪਰਵਾਸੀਆਂ ਦੀ ਕਿਉਂ ਅਹਿਮ ਲੋੜ ਹੈ ਤੇ ਵੱਖ-ਵੱਖਰੇ ਆਦਾਰਿਆਂ ਵਿੱਚ ਕਿਸ ਤਰ੍ਹਾਂ ਪਰਵਾਸੀ ਅਹਿਮ ਰੋਲ ਅਦਾ ਕਰ ਰਹੇ ਨੇ ਕਿ ਉਨ੍ਹਾਂ ਦੇ ਯੋਗਦਾਨ ਦੇ ਨਾਲ ਕੈਨੇਡਾ ਵਿੱਚ ਆਰਥਿਕਤਾ ਨੂੰ ਕਿੰਨੀ ਮਜ਼ਬੂਤੀ ਮਿਲਦੀ ਹੈ ਇਸ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡਜੇਨੋ ਦੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਲਈ ਵੱਖ-ਵੱਖਰੇ ਸੂਬੇ ਵੱਖ-ਵੱਖਰੇ ਸ਼ਹਿਰ ਵੱਖ-ਵੱਖਰੇ ਪਾਈਚਾਰਿਆਂ ਤੋਂ ਇਸ ਤਰ੍ਹਾਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਕਿ ਕੈਨੇਡਾ ਨੂੰ ਪ੍ਰਵਾਸੀਆਂ ਦੀ ਇਨ੍ਹਾਂ ਥਾਵਾਂ ਦੇ ਉੱਤੇ ਕਿਉਂ ਲੋਡ ਹੈ ਤੇ ਪ੍ਰਵਾਸੀਆਂ ਦੇ ਆਉਣ ਦੇ ਨਾਲ ਇਨ੍ਹਾਂ ਥਾਵਾਂ ਦੇ ਉੱਤੇ ਕਿਹੜੇ ਬਦਲਾਅ ਆਏ ਹੁਣ ਅੱਗੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਵੱਖ-ਵੱਖਰੇ ਅਦਾਰਿਆਂ ਵਿੱਚ ਪ੍ਰਵਾਸੀਆਂ ਦੀ ਕੀ ਮਹੱਤਤਾ ਹੈ ਤੇ ਕੈਨੇਡਾ ਨੂੰ ਅੱਗੇ ਹੋਰ ਜ਼ਿਆਦਾ ਪ੍ਰਵਾਸੀਆਂ ਦੀ ਕਿਉਂ ਲੋੜ ਹੈ ਇੱਥੇ ਜ਼ਿਕਰ ਹੋ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਬੁਲਾਉਣ ਦਾ ਟੀਚਾ ਮਿੱਥਿਆ ਗਿਆ ਤੇ ਕਈਆਂ ਦੇ ਵੱਲੋਂ ਸਵਾਲ ਕੀਤੇ ਗਏ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਹੋਰ ਜ਼ਿਆਦਾ ਕਿਉਂ ਬੁਲਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਹ ਵੱਖ-ਵੱਖਰੇ ਕਾਰਨ ਦੱਸਦੇ ਹੋਏ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕੈਨੇਡਾ ਵਿੱਚ ਹੋਰ ਜ਼ਿਆਦਾ ਪ੍ਰਵਾਸੀਆਂ ਦੀ ਕਿਉਂ ਲੋੜ ਹੈ